ਵੀ ਜੀ ਕੀ ਹੋ ਗਿਆ, ਇੱਦਾਂ ਦੇ ਹਾਲਾਤ ਕੀ ਹੁਣ, ਇਹ ਕਹਿਣਾ ਪੈ ਰਿਹਾ ਕਿ ਪ੍ਰਧਾਨ ਜੀ ਨੂੰ ਆਪਣੀ ਸੀਟ ਛੱਡ ਦੇਣੀ ਚਾਹੀਦੀ? ਦੇਖੋ ਜੀ, ਲੰਬੇ ਸਮੇਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਇਹ ਕਹਿੰਦੇ ਆਏ ਹੈ ਕਿ ਸਾਡੀ ਜਿਹੜੀਆਂ ਕਮੀਆਂ ਉਹ ਦੂਰ ਕੀਤੀਆਂ ਜਾਣ। ਬਹੁਤ ਸਾਰੇ ਐਸੇ ਸਾਡੇ ਕੰਮ ਸੀ ਜਿਹੜੇ ਕਿ ਸਾਨੂੰ ਵਾਰ ਵਾਰ ਕਹਿਣੇ ਪੈਂਦੇ ਸੀ। ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਵਾਸਤੇ ਉਸ ਵੇਲੇ ਵੀ ਉਹਨਾਂ ਨੇ ਭੁਲੇਖਾ ਪਾਤਾ ਲੋਕਾਂ ਨੂੰ, ਇਹ ਕਹਿ ਕੇ ਮੈਂ ਤਾਂ ਮਾਫ਼ੀ ਮੰਗਿਆ ਆ, ਜਿਹਦੇ ਵਿੱਚ ਇਹ ਮੈਂ ਦੇਖਿਆ ਕਿ ਵਿਧੀ ਵਿਧਾਨ ਵਿੱਚ ਹੀ ਚੇਂਜ ਕਰਤਾ। ਜਦੋਂ ਕਿ ਉਹਦੀ ਕੋਈ ਰੀਤੀ ਹੈ, ਰਿਵਾਜ਼ ਹੈ, ਸਾਡਾ ਪੰਥਕ ਰਿਵਾਜ਼ ਹੈ ਅਤੇ ਜਾਂ ਉਹਦੀ ਵਿਧੀ ਵਿਧਾਨ ਹੈ, ਉਹ ਵੀ ਚੇਂਜ ਕਰ ਦਿੱਤਾ। ਸੋ ਉਸ ਗੱਲ ਨੂੰ ਦੇਖਦੇ ਹੋਇਆਂ ਸਾਰੇ ਬੜਾ ਕਹਿੰਦੇ ਰਹੇ ਹੈ, ਲੋਕਾਂ ਦੀ ਭਾਵਨਾ ਨੂੰ ਅੱਜ ਅਸੀਂ ਜ਼ਾਹਰ ਕੀਤਾ ਕਿ ਸਾਰੇ ਲੋਕ ਕੀ ਚਾਹੁੰਦੇ ਹੈ। ਔਰ ਅਸੀਂ ਮਹਿਸੂਸ ਕੀਤਾ ਕਿ ਠੀਕ ਹੈ, ਲੀਡਰਸ਼ਿਪ ਕੋਲੋਂ ਗਲਤੀਆਂ ਹੋਈਆਂ, ਪਰ ਅਸੀਂ ਸਰਕਾਰ ਵਿੱਚ ਸੀ, ਅਸੀਂ ਪਾਰਟੀ ਸੀ, ਅਸੀਂ ਦੱਬੀ ਆਵਾਜ਼ ਭਾਵੇਂ ਅੰਦਰ ਵੜ ਕੇ ਕਹਿੰਦੇ ਸੀ, ਡਿਸਿਪਲਨ ਨੂੰ ਮੁੱਖ ਰੱਖਦੇ ਹਾਂ ਕਿ ਬਾਹਰ ਨਾ ਬੋਲੀਏ, ਬਾਹਰ ਨਾ ਬੋਲੀਏ, ਔਰ ਬਾਅਦ 'ਚ ਬੋਲਦੇ ਵੀ ਰਹੇ ਹਾਂ। ਔਰ ਜਿਹਦੀ ਸਜ਼ਾ ਮੇਰੇ ਵਰਗਿਆਂ ਨੂੰ ਪਾਰਟੀ 'ਚੋਂ ਵੀ ਕਰ ਦਿੱਤਾ ਸੀਗਾ, ਉਹਦੇ ਕਾਰਨ ਹੀ ਹੋਇਆ ਸੀ ਸਭ ਕੁਝ। ਵੀ ਸਿਧਾਂਤਾਂ ਦੀ ਗੱਲ ਕਰਦੀ ਸੀ, ਮਰਿਆਦਾ ਦੀ ਗੱਲ ਕਰਦੀ ਸੀ, ਫਲਸਫੇ ਦੀ ਗੱਲ ਕਰਦੀ ਸੀ, ਪੰਥਕ ਸੋਚ ਦੀ ਗੱਲ ਕਰਦੀ ਸੀ। ਸ਼੍ਰੀ ਅਕਾਲ ਤਖਤ ਸਾਹਿਬ ਆਜ਼ਾਦ ਹਸਤੀ ਹੋਵੇ, ਸ਼੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹਸਤੀ ਹੋਵੇ, ਇਹਦਾ ਕੋਈ ਵਿਧੀ ਵਿਧਾਨ ਹੋਵੇ, ਉਹ ਸਾਰੀਆਂ ਗੱਲਾਂ 'ਤੇ ਜਦੋਂ ਕੋਈ ਹਾਂ ਹੀ ਨਹੀਂ ਸੀ ਕਰਦਾ ਤਾਂ ਫਿਰ ਅੱਜ ਸਾਰਿਆਂ ਨੇ ਮਹਿਸੂਸ ਕੀਤਾ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ 24 ਤੱਕ ਕਹਿੰਦੇ ਸੀ ਦੇਖ ਲਓ, 224 ਤੱਕ ਸਾਰੇ ਕਹਿੰਦੇ ਸੀ ਦੇਖ ਲਓ। ਮੈਂ ਬਹੁਤ ਤਰਲੇ ਲਾਏ, 1.5 ਸਾਲ ਬਹੁਤ ਤਰਲੇ ਲਾਏ, ਸਾਰੇ ਕਹਿੰਦੇ ਸੀ 224 ਤੋਂ ਬਾਅਦ। ਹੁਣ 224 ਤੋਂ ਬਾਅਦ ਸਾਰਿਆਂ ਨੇ ਦੇਖ ਲਿਆ ਕਿ ਹਰ ਇੱਕ ਦੀ ਜਮਾਨਤ ਜ਼ਬਤ ਹੋਈ ਹੈ, ਹਰ ਹਲਕੇ 'ਚ ਜਮਾਨਤ ਜ਼ਬਤ ਹੋਈ। ਸੋ ਇਸ ਕਰਕੇ ਸਾਰਿਆਂ ਨੇ ਮਹਿਸੂਸ ਕੀਤਾ ਕਿ ਆਪਾਂ ਕਿਸੇ ਢੰਗ ਦੇ ਨਾਲ ਪਹਿਲਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਚੱਲੀਏ, ਉੱਥੇ ਖਿਮਾ ਜਾਂਚ ਨਾ ਕਰੀਏ, 1 ਤਰੀਕ ਨੂੰ ਅਸੀਂ ਬੇਨਤੀ ਕਰਨ ਜਾਵਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਅਤੇ ਉਹ ਤੋਂ ਬਾਅਦ ਉਹ ਸਾਨੂੰ ਸਮਾਂ ਦੇਣਗੇ, ਫਿਰ ਅਸੀਂ ਆਪਣੀ ਆਵਾਜ਼ ਦੱਸਾਂਗੇ ਉਹਨਾਂ ਨੂੰ ਭਾਈ ਜੀ ਸਾਡੇ ਕੋਲੋਂ ਜਿਹੜੀ ਅਸੀਂ ਵਿੱਚ ਰਹਿ ਕੇ ਚੁੱਪ ਰਹੇ ਹਾਂ, ਅਸੀਂ ਕੌਮ ਦੀ ਆਵਾਜ਼ ਬਣ ਕੇ ਬੋਲ ਨਹੀਂ ਸਕੇ, ਅਤੇ ਅਸੀਂ ਸਮਝਦੇ ਵੀ ਅਸੀਂ ਵੀ ਪਛਤਾਪ ਕਰਨ ਵਾਸਤੇ ਆਏ। ਵੀ ਕਿੰਨੇ ਕੁ ਲੋਕ ਜਾਣਗੇ ਉਸ ਦਿਨ ਇਕੱਠੇ ਹੋਣਗੇ, ਕਿੰਨੇ ਕੁ ਲੋਕ ਤੁਹਾਡੇ ਨਾਲ? ਅਸੀਂ ਤਾਂ ਜਿਹੜੀ ਕਮੇਟੀ ਹੋਏਗੀ ਥੋੜ੍ਹੀ 11 ਹੋ ਸਕਦੀ, 13 ਹੋ ਸਕਦੀ, ਉਦੋਂ ਚਿੱਠੀ ਦੇਣ ਵਾਸਤੇ ਅਸੀਂ ਨਹੀਂ ਜਾਵਾਂਗੇ। ਉਹ ਤੋਂ ਬਾਅਦ ਫਿਰ ਬਾਕੀ ਜਿੰਨੇ ਕੋਈ ਜਿੱਦਾਂ ਸਾਨੂੰ ਬੁਲਾਉਣਗੇ ਉਹ ਤੋਂ ਬਾਅਦ ਫਿਰ ਨਾਲ ਚੱਲ ਜਾਏਗੀ। ਉਧਰੋਂ ਹੁਣ ਇੱਕ ਬਿਆਨ ਵੀ ਹੈ, ਕਹਿੰਦੇ ਜਿਹੜੇ ਲੋਕ ਮੀਟਿੰਗ ਕਰਦੇ ਪਏ, ਬੀਜੇਪੀ ਦੀ ਬੀ ਟੀਮ ਹੈਗੀ, ਜੋ ਬੀਜੇਪੀ ਕਹਿ ਰਹੀ ਹੈ ਉਹ ਕਰਦੇ ਪਏ। ਚਲੋ ਇਹ ਉਹਨਾਂ ਨੂੰ ਪਤਾ ਹੋਏਗਾ, ਸਾਨੂੰ ਪਤਾ ਸੀਗਾ ਵੀ ਉਹਨਾਂ ਨੇ ਇਹ ਗੱਲ ਕਹਿਣੀ ਹੈ, ਕਹਿਣੀ ਇਸ ਕਰਕੇ ਹੈ ਕਿ ਲੋਕਾਂ ਨੂੰ ਗੁੰਮਰਾਹ ਅੱਗੇ ਵੀ ਕਰਦੇ ਸੀ, ਅੱਜ ਜਦੋਂ ਮੈਂ ਚੋਣ ਲੜੀ ਸੀ ਉਦੋਂ ਵੀ ਗੁੰਮਰਾਹ ਕਰਦੇ ਸੀ, ਫਿਰ ਬਾਅਦ 'ਚ ਤਰਲੇ ਪਾ ਕੇ ਵੀ ਲੈ ਕੇ ਆਏ। ਇਹਦਾ ਮਤਲਬ ਜੇ ਇਹੋ ਜਿਹੀ ਗੱਲ ਹੋਵੇ ਫਿਰ ਕਹਿਣ ਦੀ ਕੀ ਲੋੜ ਹੈ ਜੀ? ਇਹ ਗੱਲਾਂ ਉਹਨਾਂ ਨੇ ਕਹਿਣੀਆਂ ਹੀ ਸੀ, ਸਾਨੂੰ ਪਤਾ, ਪਰ ਸਾਨੂੰ ਕੋਈ ਮਤਲਬ ਨਹੀਂ ਕਿਸੇ ਨਾਲ। ਵੀ ਜੀ ਕੀ ਹੋ ਗਿਆ, ਇੱਦਾਂ ਦੇ ਹਾਲਾਤ ਕੀ ਹੁਣ, ਇਹ ਕਹਿਣਾ ਪੈ ਰਿਹਾ ਕਿ ਪ੍ਰਧਾਨ ਜੀ ਨੂੰ ਆਪਣੀ ਸੀਟ ਛੱਡ ਦੇਣੀ ਚਾਹੀਦੀ? ਦੇਖੋ ਜੀ, ਲੰਬੇ ਸਮੇਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਇਹ ਕਹਿੰਦੇ ਆਏ ਹੈ ਕਿ ਸਾਡੀ ਜਿਹੜੀਆਂ ਕਮੀਆਂ ਉਹ ਦੂਰ ਕੀਤੀਆਂ ਜਾਣ। ਬਹੁਤ ਸਾਰੇ ਐਸੇ ਸਾਡੇ ਕੰਮ ਸੀ ਜਿਹੜੇ ਕਿ ਸਾਨੂੰ ਵਾਰ ਵਾਰ ਕਹਿਣੇ ਪੈਂਦੇ ਸੀ। ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਵਾਸਤੇ ਉਸ ਵੇਲੇ ਵੀ ਉਹਨਾਂ ਨੇ ਭੁਲੇਖਾ ਪਾਤਾ ਲੋਕਾਂ ਨੂੰ, ਇਹ ਕਹਿ ਕੇ ਮੈਂ ਤਾਂ ਮਾਫ਼ੀ ਮੰਗਿਆ ਆ, ਜਿਹਦੇ ਵਿੱਚ ਇਹ ਮੈਂ ਦੇਖਿਆ ਕਿ ਵਿਧੀ ਵਿਧਾਨ ਵਿੱਚ ਹੀ ਚੇਂਜ ਕਰਤਾ। ਜਦੋਂ ਕਿ ਉਹਦੀ ਕੋਈ ਰੀਤੀ ਹੈ, ਰਿਵਾਜ਼ ਹੈ, ਸਾਡਾ ਪੰਥਕ ਰਿਵਾਜ਼ ਹੈ ਅਤੇ ਜਾਂ ਉਹਦੀ ਵਿਧੀ ਵਿਧਾਨ ਹੈ, ਉਹ ਵੀ ਚੇਂਜ ਕਰ ਦਿੱਤਾ। ਸੋ ਉਸ ਗੱਲ ਨੂੰ ਦੇਖਦੇ ਹੋਇਆਂ ਸਾਰੇ ਬੜਾ ਕਹਿੰਦੇ ਰਹੇ ਹੈ, ਲੋਕਾਂ ਦੀ ਭਾਵਨਾ ਨੂੰ ਅੱਜ ਅਸੀਂ ਜ਼ਾਹਰ ਕੀਤਾ ਕਿ ਸਾਰੇ ਲੋਕ ਕੀ ਚਾਹੁੰਦੇ ਹੈ। ਔਰ ਅਸੀਂ ਮਹਿਸੂਸ ਕੀਤਾ ਕਿ ਠੀਕ ਹੈ, ਲੀਡਰਸ਼ਿਪ ਕੋਲੋਂ ਗਲਤੀਆਂ ਹੋਈਆਂ, ਪਰ ਅਸੀਂ ਸਰਕਾਰ ਵਿੱਚ ਸੀ, ਅਸੀਂ ਪਾਰਟੀ ਸੀ, ਅਸੀਂ ਦੱਬੀ ਆਵਾਜ਼ ਭਾਵੇਂ ਅੰਦਰ ਵੜ ਕੇ ਕਹਿੰਦੇ ਸੀ, ਡਿਸਿਪਲਨ ਨੂੰ ਮੁੱਖ ਰੱਖਦੇ ਹਾਂ ਕਿ ਬਾਹਰ ਨਾ ਬੋਲੀਏ, ਬਾਹਰ ਨਾ ਬੋਲੀਏ, ਔਰ ਬਾਅਦ 'ਚ ਬੋਲਦੇ ਵੀ ਰਹੇ ਹਾਂ, ਔਰ ਜਿਹਦੀ ਸਜ਼ਾ ਮੇਰੇ ਵਰਗਿਆਂ ਨੂੰ ਪਾਰਟੀ 'ਚੋਂ ਵੀ ਕੱਢ ਦਿੱਤਾ ਸੀਗਾ,
ਉਹਦੇ ਕਾਰਨ ਹੀ ਹੋਇਆ ਸੀ ਸਭ ਕੁਝ। ਸਿਧਾਂਤਾਂ ਦੀ ਗੱਲ ਕਰਦੀ ਸੀ, ਮਰਿਆਦਾ ਦੀ ਗੱਲ ਕਰਦੀ ਸੀ, ਫਲਸਫੇ ਦੀ ਗੱਲ ਕਰਦੀ ਸੀ, ਪੰਥਕ ਸੋਚ ਦੀ ਗੱਲ ਕਰਦੀ ਸੀ। ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਹਸਤੀ ਹੋਵੇ, ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹਸਤੀ ਹੋਵੇ, ਇਹਦਾ ਕੋਈ ਵਿਧੀ ਵਿਧਾਨ ਹੋਵੇ, ਉਹ ਸਾਰੀਆਂ ਗੱਲਾਂ 'ਤੇ ਜਦੋਂ ਕੋਈ ਹਾਂ ਹੀ ਨਹੀਂ ਸੀ ਕਰਦਾ ਅਤੇ ਫਿਰ ਅੱਜ ਸਾਰਿਆਂ ਨੇ ਮਹਿਸੂਸ ਕੀਤਾ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ 24 ਤੱਕ ਕਹਿੰਦੇ ਸੀ ਦੇਖ ਲਓ, 224 ਤੱਕ ਸਾਰੇ ਕਹਿੰਦੇ ਸੀ ਦੇਖ ਲਓ। ਮੈਂ ਬਹੁਤ ਤਰਲੇ ਲਾਏ, 1.5 ਸਾਲ ਬਹੁਤ ਤਰਲੇ ਲਾਏ, ਸਾਰੇ ਕਹਿੰਦੇ ਸੀ 224 ਤੋਂ ਬਾਅਦ। ਹੁਣ 224 ਤੋਂ ਬਾਅਦ ਸਾਰਿਆਂ ਨੇ ਦੇਖ ਲਿਆ ਕਿ ਹਰ ਇੱਕ ਦੀ ਜਮਾਨਤ ਜ਼ਬਤ ਹੋਈ ਹੈ, ਹਰ ਹਲਕੇ 'ਚ ਜਮਾਨਤ ਜ਼ਬਤ ਹੋਈ। ਸੋ ਇਸ ਕਰਕੇ ਸਾਰਿਆਂ ਨੇ ਮਹਿਸੂਸ ਕੀਤਾ ਕਿ ਆਪਾਂ ਕਿਸੇ ਢੰਗ ਦੇ ਨਾਲ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਚੱਲੀਏ, ਉੱਥੇ ਖਿਮਾ ਜਾਂਚ ਨਾ ਕਰੀਏ, 1 ਤਰੀਕ ਨੂੰ ਅਸੀਂ ਬੇਨਤੀ ਕਰਨ ਜਾਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਅਤੇ ਉਸ ਤੋਂ ਬਾਅਦ ਉਹ ਸਾਨੂੰ ਸਮਾਂ ਦੇਣਗੇ, ਫਿਰ ਅਸੀਂ ਆਪਣੀ ਆਵਾਜ਼ ਦੱਸਾਂਗੇ ਉਹਨਾਂ ਨੂੰ ਭਾਈ ਜੀ ਸਾਡੇ ਕੋਲੋਂ ਜਿਹੜੀ ਅਸੀਂ ਵਿੱਚ ਰਹਿ ਕੇ ਚੁੱਪ ਰਹੇ ਹਾਂ, ਅਸੀਂ ਕੌਮ ਦੀ ਆਵਾਜ਼ ਬਣ ਕੇ ਬੋਲ ਨਹੀਂ ਸਕੇ, ਅਤੇ ਅਸੀਂ ਸਮਝਦੇ ਵੀ ਅਸੀਂ ਵੀ ਪਛਤਾਪ ਕਰਨ ਵਾਸਤੇ ਆਏ। ਕਿੰਨੇ ਕੁ ਲੋਕ ਜਾਣਗੇ ਉਸ ਦਿਨ ਇਕੱਠੇ ਹੋਣਗੇ, ਕਿੰਨੇ ਕੁ ਲੋਕ ਤੁਹਾਡੇ ਨਾਲ? ਅਸੀਂ ਤਾਂ ਜਿਹੜੀ ਕਮੇਟੀ ਹੋਏਗੀ ਥੋੜ੍ਹੀ 11 ਹੋ ਸਕਦੀ, 13 ਹੋ ਸਕਦੀ, ਉਦੋਂ ਚਿੱਠੀ ਦੇਣ ਵਾਸਤੇ ਤਾਂ ਅਸੀਂ ਨਹੀਂ ਜਾਵਾਂਗੇ, ਉਹ ਤੋਂ ਬਾਅਦ ਫਿਰ ਬਾਕੀ ਜਿੰਨੇ ਕੋਈ ਜਿੱਦਾਂ ਸਾਨੂੰ ਬੁਲਾਉਣਗੇ ਉਹ ਤੋਂ ਬਾਅਦ ਫਿਰ ਨਾਲ ਚੱਲ ਜਾਏ। ਉਧਰੋਂ ਹੁਣ ਇੱਕ ਬਿਆਨ ਵੀ ਹੈ, ਕਹਿੰਦੇ ਜਿਹੜੇ ਲੋਕ ਮੀਟਿੰਗ ਕਰਦੇ ਪਏ, ਬੀਜੇਪੀ ਦੀ ਬੀ ਟੀਮ ਹੈਗੀ, ਜੋ ਬੀਜੇਪੀ ਕਹਿ ਰਹੀ ਹੈ ਉਹ ਕਰਦੇ ਪਏ। ਚਲੋ ਇਹ ਉਹਨਾਂ ਨੂੰ ਪਤਾ ਹੋਏਗਾ, ਸਾਨੂੰ ਪਤਾ ਸੀਗਾ ਵੀ ਉਹਨਾਂ ਨੇ ਇਹ ਗੱਲ ਕਹਿਣੀ ਹੈ, ਕਹਿਣੀ ਇਸ ਕਰਕੇ ਹੈ ਕਿ ਲੋਕਾਂ ਨੂੰ ਗੁੰਮਰਾਹ ਅੱਗੇ ਵੀ ਕਰਦੇ ਸੀ, ਅੱਜ ਜਦੋਂ ਮੈਂ ਚੋਣ ਲੜੀ ਸੀ ਉਦੋਂ ਵੀ ਗੁੰਮਰਾਹ ਕਰਦੇ ਸੀ, ਫਿਰ ਬਾਅਦ 'ਚ ਤਰਲੇ ਪਾ ਕੇ ਵੀ ਲੈ ਕੇ ਆਏ। ਇਹਦਾ ਮਤਲਬ ਜੇ ਇਹੋ ਜਿਹੀ ਗੱਲ ਹੋਵੇ ਫਿਰ ਕਹਿਣ ਦੀ ਕੀ ਲੋੜ ਹੈ ਜੀ? ਇਹ ਗੱਲਾਂ ਉਹਨਾਂ ਨੇ ਕਹਿਣੀਆਂ ਹੀ ਸੀ, ਸਾਨੂੰ ਪਤਾ, ਪਰ ਸਾਨੂੰ ਕੋਈ ਮਤਲਬ ਨਹੀਂ ਕਿਸੇ ਨਾਲ।